देख रहे हो निरपक्ष पोस्ट से मैं हाँ हरजोत कौर ते जिवें कि असीं सारे जानते हैं कि 26 जनवरी नूं लैके पूरे पंजाब भर दे विच बहुत ज़्यादा उत्साह है। सो असी भी जो है चंडीगढ़ तो चले सी रात नूं 12 बजे ते हुण सवेर दे 7 बजे 7:15 दा टाइम हो गया और हले भी एग्जैक्ट असी सिंगो बॉर्डर कुंडली ते तां पहुँच गया बट इत्थे स्टे दे नेड़े तेड़े हले असीं नहीं पहुँच पाए हाँ क्योंकि रस्ते विच बहुत ज़्यादा जाम भी लग रहा है और ये तो असीं रात नूं 12 बजे चले सी तां इह हले जे दिन दे विच जो लोग चलणगे सो उहनां नूं बहुत सारा मैं जरूर चाहूँगी कि तुहानूं तस्वीरां पिछे तक दियां जरूर दिखाईयां जाणगे किन्ना जाम और बहुत लंबा जाम है और बहुत वधिया एक सेवा निभा रहे ने। मैं इहनां नाल जरूर तुहाडी गल कराना चाहांगी। सत श्री अकाल जी। सत श्री अकाल जी। मैं देख रही हां कि तुसीं बहुत चिर तों इस नूं मैनेज कर रहे हो क्योंकि बहुत मुश्किल हुंदा इन्ने गिनती विच सब आ रहे ने और उहनां नूं सिंगल सिंगल लाइन च लैके जाणा बहुत मुश्किल हुंदा पर फिर भी चलो हुण तकरीबन तुसीं देखिया होणा कि बहुत वधिया हुण चलण दिया। हां जी वैसे तो वॉलंटियर ओदा ड्यूटी लगी हुई है पर जो हूं मैं जिदा कोई वॉलंटियर नहीं हूं मैं नॉर्मल ट्राली दे विच बैठा हुआ सी फिर मैं देखा कि बहुत तंगी हो रही है फिर मैं उतर के फिर मैं सवेर दा ਲੱਗਿਆ ਹੋਇਆ ਹੈ। ਅੱਛਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਹੁਸ਼ਿਆਰਪੁਰ ਟਾਂਡਾ। ਕਿੰਨੇ ਵਜੇ ਚੱਲੇ ਤੁਸੀਂ ਉੱਥੋਂ? ਅਸੀਂ ਕੱਲ 12 ਵਜੇ ਦੇ ਤੁਰੇ ਹਾਂ ਪਿੰਡੋ। ਅੱਛਾ ਤਾਂ ਹੁਣ ਰਾਤ ਸਵੇਰਾ ਹੀ ਚੜ ਗਿਆ ਫਿਰ। ਅੱਛਾ ਮਤਲਬ ਤੁਸੀਂ ਕੰਟੀਨਿਊ ਆ ਰਹੇ ਹੋ ਕਿ ਰਸਤੇ ਰੁਕ ਕੇ? ਥੋੜਾ ਟਾਈਮ ਰੁਕਣਾ ਪੈਂਦਾ। ਠੀਕ ਹੈ। ਸੋ ਬਹੁਤ ਵਧੀਆ ਲੱਗਿਆ ਜੀ ਕਿ ਤੁਹਾਡੇ ਵਰਗੇ ਨੌਜਵਾਨ ਜੋ ਇੱਥੇ ਸੇਵਾ ਨਿਭਾ ਰਹੇ ਨੇ ਇਹ ਵੀ ਬਹੁਤ ਵੱਡੀ ਇੱਕ ਸੇਵਾ ਹੈ। ਸੋ ਕੀਪ ਇਟ ਅਪ ਐਵੇਂ ਲੱਗੇ ਰਹੋ। ਕੁਝ ਕਹਿਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ? ਬਹੁਤ ਕਹਿਣਾ ਚਾਹ ਰਹੇ ਹਾਂ ਕਿ ਪੰਜਾਬ ਵਾਲਿਆਂ ਦਾ ਇੰਨਾ ਇਕੱਠ 2-3 ਦਿਨ ਤੋਂ ਤਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤਾਂ ਹੁੰਮ ਹੁੰਮ ਆ ਕੇ ਪਹੁੰਚੇ ਆ। ਧੰਨਵਾਦ ਸਾਰਿਆਂ ਦਾ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਪਹੁੰਚੋ। ਜੀ 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 ਬਿਲਕੁਲ। ਸੋ ਅਸੀਂ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਇਸੇ ਤਰੀਕੇ ਨਾਲ ਦਿਖਾ ਰਹੇ ਹਾਂ ਕਿ ਅੱਗੇ ਫਿਰ ਤੋਂ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਕਿ ਬਹੁਤ ਵੱਡਾ ਜਾਮ ਜੋ ਹੈ ਕੰਟੀਨਿਊ ਲੱਗਿਆ ਹੋਇਆ ਹੈ। ਸੋ ਕਾਫੀ ਪਿੱਛੇ ਤੋਂ ਹੀ ਜੋ ਇਹ ਜਾਮ ਸ਼ੁਰੂ ਹੋ ਜਾਂਦਾ। ਸੋ ਅਸੀਂ ਜਿਵੇਂ ਰਾਤ ਨੂੰ 12 ਵਜੇ ਚੱਲੇ ਹਾਂ ਤਾਂ ਇਹ ਚੀਜ਼ ਹੈ ਤਾਂ ਪੂਰੇ ਦਿਨ ਦੇ ਵਿੱਚ ਹੋਰ ਵੀ ਜ਼ਿਆਦਾ ਰਸ਼ ਰਹੇਗਾ ਲੇਕਿਨ ਇਸ ਤਰ੍ਹਾਂ ਦੇ ਕਈ ਹੋਰ ਨੌਜਵਾਨ ਨੇ ਜੋ ਇਸੇ ਤਰੀਕੇ ਨਾਲ ਸੇਵਾ ਨਿਭਾ ਰਹੇ ਨੇ ਤਾਂ ਕਿ ਕੋਈ ਦਿੱਕਤ ਨਾ ਆਵੇ ਕਿਉਂਕਿ ਜਿਵੇਂ ਤੁਸੀਂ ਇੱਧਰ ਐਂਟਰ ਹੁੰਦੇ ਤਾਂ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ ਹੈ ਤਾਂ ਕਿ ਇੱਥੇ ਜੋ ਹੈ ਜਾਮ ਇੱਕਦਮ ਬੰਦ ਨਾ ਹੋਵੇ। ਸੋ ਸਿੰਗਲ ਲਾਈਨ ਦੇ ਵਿੱਚ ਇੱਥੋਂ ਵਲੰਟੀਅਰਸ ਵੱਲੋਂ ਜਿਵੇਂ ਕਿ ਦੇਖੋ ਅਸੀਂ ਹੁਣ ਗੱਲ ਕਰਵਾਈ ਸੀ ਇਹਨਾਂ ਨੇ ਦੱਸਿਆ ਕਿ ਕੋਈ ਇਹਨਾਂ ਦੀ ਡਿਊਟੀ ਨਹੀਂ ਲੱਗੀ ਹੈ ਇਹ ਨੋਰਮਲੀ ਇਹ ਵੀ ਆਪਣੇ ਪਰਿਵਾਰ ਦੇ ਨਾਲ ਪਿੰਡ ਦੇ ਨਾਲ ਟਰਾਲੀ ਵਿੱਚ ਇੱਥੇ ਆ ਰਹੇ ਸਨ ਅਤੇ ਇਹਨਾਂ ਨੇ ਦੇਖਿਆ ਇੱਥੇ ਦਿੱਕਤ ਹੈ ਤਾਂ ਉਹ ਉਹਨਾਂ ਨੇ ਵੀ ਜੋ ਹੈ ਇੱਥੇ ਆਪਣੀ ਸੇਵਾ ਨਿਭਾਈ ਕਿ ਚਲੋ ਮੈਂ ਕੁਛ ਕੋਸ਼ਿਸ਼ ਕਰਦਾ। ਸੋ ਸਾਰੇ ਜੋ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਸੇਵਾ ਜ਼ਰੂਰ ਨਿਭਾ ਰਹੇ ਨੇ। ਹੋਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ। ਇਹ ਦੇਖੋ ਜੀ ਇੱਥੇ ਸਵੇਰ ਦੇ ਦ੍ਰਿਸ਼ ਨੇ ਸਵੇਰ ਦੇ ਟਾਈਮ ਸਿੰਘੂ ਬਾਰਡਰ 'ਤੇ ਅਸੀਂ ਤੁਹਾਨੂੰ ਲੈ ਕੇ ਆਏ ਹੋਏ ਹਾਂ ਇੱਥੇ ਸੇ ਕਈ ਹੋਰਾਂ ਨਾਲ ਵੀ ਜੋ ਬੈਠੇ ਟਰਾਲੀ ਵਿੱਚ ਬੈਠੇ ਉਹਨਾਂ ਨਾਲ ਤੁਹਾਡੇ ਨਾਲ ਗੱਲ ਕਰਵਾਉਣੀ ਹੈ ਕਿੱਥੋਂ ਆਏ ਨੇ ਕਦੋਂ ਦੇ ਚੱਲੇ ਹੋਏ ਨੇ ਅੱਜ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ ਤੁਸੀਂ? ਕੁਛ ਇੱਧਰ ਤੋਂ ਜੀ। ਕਦੋਂ ਤੋਂ ਚੱਲੇ ਹੋਏ ਹੋ? ਕੱਲ੍ਹ ਦੇ ਜੀ। ਕੱਲ੍ਹ ਦੇ ਚੱਲੇ ਹੋਏ ਹੋ? ਹੋਰ ਕਿੰਨੇ ਜੀ ਨੇ ਤੁਹਾਡੇ ਨਾਲ? ਅਸੀਂ 12 ਜਣੇ ਹਾਂ ਜੀ। ਅੱਛਾ ਜੀ। ਤੇ ਕਿਵੇਂ ਦਾ ਲੱਗ ਰਿਹਾ? ਮਤਲਬ ਪਹਿਲੀ ਵਾਰ ਕੋਈ ਇਹੋ ਜਿਹੀ ਚੀਜ਼ ਹੋ ਰਹੀ ਹੈ ਔਰ ਸਾਰਿਆਂ ਦਾ ਬਹੁਤ ਹੀ ਵਧੀਆ ਰੋਲ ਰਹਿ ਰਿਹਾ ਕਿ ਸਾਰੇ ਬੜੇ ਉਤਸ਼ਾਹ ਦੇ ਨਾਲ ਇੱਥੇ ਪਹੁੰਚ ਰਹੇ ਨੇ। ਵਧੀਆ ਲੱਗਦਾ ਪਿਆ ਜੀ। ਠੀਕ ਕਿਸਾਨਾਂ ਦੀ ਏਕਤਾ ਦਾ ਪ੍ਰਦਰਸ਼ਨ ਹੋਣ ਡਿਆ। ਤੇ ਕਾਲੇ ਕਾਨੂੰਨ ਵਾਲੇ ਮੋਦੀ ਵਾਪਸ ਨਹੀਂ ਕਰ ਰਿਹਾ, ਕੀ ਕਹੋਗੇ? ਨਹੀਂ ਜੀ, ਕਰਨੇ ਪੈਣਦੇ ਜੀ ਇਹਨੂੰ, ਕਾਨੂੰਨ ਤੇ ਵਾਪਸ ਕਰਕੇ ਜਾਵਾਂਗੇ ਜੀ। ਜੀ ਜੀ ਜੀ, ਇਹ ਤੇ ਮੋਦੀ ਨੂੰ ਕਰਨੇ ਪੈਣਦੇ, ਕਾਨੂੰਨ ਤੇ ਵਾਪਸ ਲੈਣੇ ਪੈਣਦੇ। ਤੇ 26 ਜਨਵਰੀ ਪੂਰਾ ਦਮ ਦਿਖਾਣਾ, ਪੂਰਾ ਆਪਣਾ ਦਬਦਬਾ ਪਾ ਰਹੇ ਹੋ ਮੋਦੀ ਦੇ ਉੱਪਰ? ਬਿਲਕੁਲ ਜੀ, ਪੂਰਾ ਦਬਦਬਾ ਬਣਾਵਾਂਗੇ ਜੀ 26 ਜਨਵਰੀ। ਜੀ 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 ਬਿਲਕੁਲ ਜੀ। ਸੋ ਅੰਦਰ ਵੀ ਜ਼ਰੂਰ ਤਸਵੀਰਾਂ ਇੱਕ ਵਾਰੀ ਦਿਖਾਓ ਕਿ ਸਾਰੇ ਕਿਸ ਤਰੀਕੇ ਨਾਲ ਬਹੁਤ ਵਧੀਆ ਨਾਲ ਟਰਾਲੀ ਵਿੱਚ ਜੋ ਹੈ ਦੇਖੋ ਗੱਦੇ ਲਗਾਏ ਹੋਏ ਨੇ, ਕੰਬਲ ਲਿਆਂਦੇ ਹੋਏ ਨੇ ਤਾਂ ਕਿ ਸਰਦੀ ਦਾ ਪੂਰਾ ਮੁਕਾਬਲਾ ਆਪਾਂ ਕਰ ਲੈਣਾ ਹੈ ਅਤੇ ਕਿਤੇ ਵੀ ਰੁਕਣਾ ਪਵੇ ਇੱਥੇ ਰੁਕਣ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ, ਕੋਈ ਦਿੱਕਤ ਨਹੀਂ ਆ। ਤੁਸੀਂ ਦੇਖ ਸਕਦੇ ਹੋ ਟਰਾਲੀਆਂ, ਝੰਡੇ, ਤਿਰੰਗਾ ਝੰਡਾ ਵੀ ਲੱਗਿਆ ਹੋਇਆ ਕਿਉਂਕਿ ਅਸੀਂ ਦੇਸ਼ ਦੇ ਨਾਗਰਿਕ ਹਾਂ ਅਤੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਾਂ। ਕੇਸਰੀ ਝੰਡੇ, ਸੋ ਬਹੁਤ ਸਾਰੀਆਂ ਟਰਾਲੀਆਂ, ਬਹੁਤ ਸਾਰੇ ਟਰੈਕਟਰ ਇੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਸੀਂ ਭਾਰਤ ਦੀ ਕਹਿੰਦੇ ਅਨੇਕਤਾ ਵਿੱਚ ਏਕਤਾ ਜੋ ਸਾਡਾ ਪ੍ਰਤੀਕ ਹੈ ਦੇਸ਼ ਅਤੇ ਉਸੇ ਤਰੀਕੇ ਦਾ ਇੱਥੇ ਨਜ਼ਾਰਾ ਤੁਸੀਂ ਦੇਖ ਵੀ ਸਕਦੇ ਹੋ। ਅਲੱਗ ਅਲੱਗ ਤਰ੍ਹਾਂ ਦੇ ਝੰਡੇ ਵੀ ਨੇ ਇੱਥੇ ਲੱਗੇ ਹੋਏ ਅਤੇ ਇਹਨਾਂ ਨਾਲ ਵੀ ਹੋਰ ਗੱਲ ਕਰਾਉਂਦੇ ਹਾਂ। ਕੁਝ ਲੇਡੀਜ਼, ਕੁਝ ਮਹਿਲਾਵਾਂ ਵੀ ਇੱਥੇ ਪਹੁੰਚੀਆਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਤੁਸੀਂ? ਅਸੀਂ ਜਲੰਧਰ ਤੋਂ। ਜਲੰਧਰ ਤੋਂ ਆਏ ਹੋ? ਕਦੋਂ ਦੇ ਚੱਲੇ ਹੋਏ ਹੋ? ਕੱਲ੍ਹ ਸਵੇਰ ਦੇ। ਅੱਛਾ, ਅਤੇ ਹੁਣ ਕੋਈ ਰਸਤੇ 'ਚ ਪਰੇਸ਼ਾਨੀ ਤਾਂ ਨਹੀਂ ਲੱਗ ਰਹੀ? ਜਾਮ ਲੱਗਿਆ ਹੋਇਆ? ਹਾਂਜੀ ਹਾਂਜੀ।
की कहना चाहोगे खास तौर पे 26 जनवरी की परेड लई आए हो तुसी ता की सुनेहा देना चाहोगे? जो मोदी है वह कानून वापस नहीं कर रहा तो आप उसे एक अपना दिखाने जा रहे हैं कि साड़ा वजूद की है पंजाबियों का, किन्ना असी दम रखते हैं, तो की कहना चाहोगे खास तौर पर 26 जनवरी लिए आ रहे हो तुसी? हाँ जी परेड तो करके ही जावांगे। ठीक है जी, चलो जी थोड़ा शर्मा रहे ने, कोई गल नहीं आप होर भी गल जरूर कराते रहेंगे, इन्होंने गल करते हैं। सत श्रीकाल जी, कितों आए थे? सत श्रीकाल जी, असं समराले तो हाँ जी, समराले के लागे साडा पिंड पिंड बर्मा जी। अच्छा जी, तो उरो जिदन का 26 तरीक का यह चल रहा संघर्ष, तो साडा 26 तरीक तो ही इहदे विच योगदान है जी, साडे बकायदा लंगर भी लग रहे हैं। अच्छा जी, तो साडे गुरचंद सिंह जी, दलजीत सिंह जी, साढ़े चाचा ये 26 तरीक तो ही वह कर रहे ने, अज भी इन्हों मैं लेके आया, रात काम हो गया सीगा ते अजे लेके आए हैं जी इन्हों भी, तो यही गल पहुँचाना चाहते हैं भी साड़ी जो मोदी साहब ने इन्नी एकता बनाती, बिल्कुल ठीक है, कानून तो वापस लेना ही पेगा। हाँ। पर जो हरियाणा पंजाब और सारी स्टेट मान लो इंडिया का ही हो, बिल्कुल भी इन्नी भाईचारा एकता बनाती तो बहुत वधिया गल आ, उहदा धन्नवाद भी करदे आ जी, भी इहो जिहे कानून इक अद्धी बार पास करे दिया करो, पंज साल बाद इहो जिहा कानून बना दिया करन भी साडी जिहड़ी भाईचारक सांझ आ ना ਇਹ ਸਾਡੀ ਹੋ ਜਾਇਆ ਕਰੇ ਸਾਰੇ ਇੰਡੀਆ ਦੀ। ਹੁਣ ਆਹ ਦੇਖੋ ਆਹ ਸਾਡੀਆਂ ਭੈਣਾਂ ਬੈਠੀਆਂ ਨੇ ਟਰਾਲੀ 'ਚ, ਹਾਂਜੀ ਸਾਡੇ ਸੈਟਰ ਬੈਠੇ ਨੇ ਸਾਡੇ, ਮਤਲਬ ਸਾਨੂੰ ਬੜੀ ਖੁਸ਼ੀ ਹੁੰਦੀ ਆ, ਬਾਕੀ ਹੋਰ ਵੀ ਤੁਹਾਡੇ ਵਰਗੇ ਤੁਸੀਂ ਵੀ ਸਾਡੇ ਥੀਏਟਰ ਦੇ ਸਮਾਨ ਹੋ, ਤੇ ਹੁਣ ਆਪਾਂ ਨੇ ਕਦੋਂ ਮਿਲਣਾ ਸੀਗਾ? ਬਿਲਕੁਲ ਠੀਕ ਨੀ, ਆਪਾਂ ਵੀ ਮਿਲਣਾ, ਭਾਈਚਾਰਾ ਬਣ ਗਿਆ, ਭਾਈਆਂ ਦਾ ਪਿਆਰ ਬਣ ਗਿਆ, ਕਿੰਨੀ ਵੱਡੀ ਗੱਲ। ਦੇਖੋ ਜਿਵੇਂ ਜਾਮ ਲੱਗੇ ਫਿਰ ਵੀ ਲੋਕ ਖੁਸ਼ ਨੇ, ਇੱਕ ਦੂਜੇ ਨਾਲ ਲੜਾਈ ਨੀ ਕਰ ਰਹੇ, ਨਹੀਂ ਤਾਂ ਉਂਝ ਨਾਰਮਲੀ ਕਿਤੇ ਰਸ਼ ਲੱਗਾ ਹੋਵੇ ਇੱਕ ਦੂਜੇ ਨੂੰ ਲੜਨ ਨੂੰ ਪੈਂਦੇ, ਖਾਣ ਨੂੰ ਪੈਂਦੇ ਸਾਰੇ। ਇਹ ਤਾਂ ਗੱਲ ਹੈ, ਇਹ ਗੱਲ ਦੇਖੋ ਜੀ, ਇਹਨਾਂ ਨੇ ਵੀਰਾਂ ਨੇ ਟਰਾਲੀ ਵਾਲਿਆਂ ਨੇ ਆਪਾਂ ਨੂੰ ਕਿਹਾ ਵੀ ਲਾਈਨ 'ਚ ਇੱਦਾਂ ਇੱਦਾਂ, ਮੈਂ ਕਿਹਾ ਵੀ ਬਿਲਕੁਲ ਵੀਰੇ ਜਿੱਦਾਂ ਤੁਸੀਂ ਕਹੋਗੇ ਉੱਦਾਂ ਅਸੀਂ ਚੱਲਾਂਗੇ, ਠੀਕ ਆ। ਹੁਣ ਤੁਸੀਂ ਉਦੋਂ ਪਿੱਛੇ ਬੈਕ ਤੋਂ ਆਪਣਾ ਉਹ ਕਰ ਰਹੇ ਸੀਗੇ, ਸਾਨੂੰ ਟਾਈ ਅਪ ਕਰ ਰਹੇ ਸੀਗੇ, ਤੇ ਕਰਕੇ ਕਹਿੰਦਾ ਮੈਂ ਵੀ ਠੀਕ ਆ, ਸਾਡੀ ਸਿਸਟਰ ਫਿਰਦੀ ਆ, ਤੁਹਾਨੂੰ ਅਸੀਂ ਆਪਣੇ ਭੈਣ ਦਾ ਨਹੀਂ ਪਤਾ ਕੀ ਗੱਲ ਹੁੰਦੀ ਆ ਜੀ, ਏਦਾਂ ਗੱਲ ਆ, ਅਗਲਾ ਗਲਤ ਸੋਚ ਸੋਚਦਾ, ਪਰ ਉਰੇ ਅੰਦੋਲਨ 'ਚ ਆ ਕੇ ਅਗਲਾ ਭਾਈਚਾਰਾ ਵਧਾਤਾ, ਭੈਣ ਭਾਈ ਮਿਲਾਤੇ, ਸਭ ਕੁਛ ਬਣਾਤਾ, ਰਿਸ਼ਤੇਦਾਰੀਆਂ ਬਣਾ ਦਿੱਤੀਆਂ, ਤੇ ਬਿਲਕੁਲ ਤੁਸੀਂ ਵੇਖ ਸਕਦੇ ਤੇ ਕਿੰਨਾ ਵਧੀਆ ਪਰਿਵਾਰਕ ਮਾਹੌਲ, ਮਤਲਬ ਜਿੰਨਾ ਇੰਨਾ ਜਾਮ ਹੈ, ਮੈਂ ਜਿਵੇਂ ਕਿ ਹੁਣ ਵੀ ਗੱਲ ਕਰਕੇ ਹਟੀ ਹਾਂ, ਜਿੰਨਾ ਇਹ ਜਾਮ ਹੈ ਨੋਰਮਲੀ ਕਿਤੇ ਵੈਸੇ ਬਾਜ਼ਾਰ ਵਿੱਚ ਹੋਵੇ ਤਾਂ ਲੋਕ ਆਪਸ ਵਿੱਚ ਲੜਾਈਆਂ ਕਰਨ ਤੱਕ ਆ ਜਾਂਦੇ ਨੇ, ਪਰ ਇੱਥੇ ਹਰ ਕੋਈ ਇੱਕ ਦੂਜੇ ਨੂੰ ਪਹਿਲਾਂ ਤੁਸੀਂ ਕਰਕੇ ਜੋ ਰਸਤਾ ਦੇ ਰਿਹਾ, ਔਰ ਬਹੁਤ ਵੱਡੀ ਇੱਕ ਏਕਤਾ ਦਾ ਪ੍ਰਤੀਕ। ਦੇਖੋ ਜਿਵੇਂ ਕਿ ਇਹਨਾਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਮੋਦੀ ਹਰ 2 ਸਾਲਾਂ ਬਾਅਦ ਜਾਂ ਸਾਲ ਬਾਅਦ ਇੱਕ ਇਹੋ ਜਿਹੇ ਕਾਨੂੰਨ ਕੱਢਦੇ ਤਾਂ ਕਿ ਜੋ ਆਪਸੀ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਹੈ, ਇਹ ਇਸੇ ਤਰੀਕੇ ਨਾਲ ਆਪਣੀ ਬਣੀ ਰਹੇ। ਉਹੀ ਗੱਲ ਹੁੰਦੀ ਹੈ ਕਿ ਹਰ ਚੀਜ਼ ਦੇ 2 ਪਹਿਲੂ ਹੁੰਦੇ ਆ, ਪੋਜ਼ਿਟਿਵ ਅਤੇ ਨੈਗੇਟਿਵ ਦੋਨੋਂ। ਸੋ ਪੋਜ਼ਿਟਿਵ ਹੈ, ਦੇਖੋ ਕਿੰਨੀ ਵਧੀਆ ਗੱਲ ਹੈ ਜੋ ਭਾਈਚਾਰਕ ਸਾਂਝ ਜੋ ਇੱਥੇ ਬਣੀ ਹੋਈ ਹੈ। ਸੋ ਵਾਕਈ ਬਹੁਤ ਚੰਗੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਪੋਜ਼ਿਟਿਵ ਚੀਜ਼ਾਂ ਵੀ ਇਹ 'ਚ ਨਿਕਲ ਰਹੀਆਂ ਨੇ, ਅਤੇ ਜਲਦੀ ਹੀ ਜੋ ਇਹ ਦਬਾਅ ਅਗਰ ਇਸੇ ਤਰੀਕੇ ਨਾਲ ਭਾਈਚਾਰਕ ਸਾਂਝ ਦਿਖਦੀ ਰਹੇਗੀ ਤਾਂ ਜੋ ਕਾਨੂੰਨ ਨੇ ਇਹ ਵੀ ਜਲਦੀ ਹੀ ਜ਼ਰੂਰ ਰੱਦ ਹੋ ਜਾਣਗੇ। ਹੋਰਾਂ ਨਾਲ ਵੀ ਤੁਹਾਡੇ ਸਾਰਿਆਂ ਨਾਲ ਗੱਲ ਕਰਵਾਉਂਦੇ ਹਾਂ ਜੋ ਇੱਥੇ ਮੌਕੇ 'ਤੇ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋਏ ਹੋ? ਹਰਿਆਣਾ ਜ਼ਿਲ੍ਹਾ ਜੀ। ਅੱਛਾ ਜੀ, ਕਦੋਂ ਤੋਂ ਆਏ ਹੋਏ ਇੱਥੇ? ਹਮ 1 ਮਹੀਨੇ ਸੇ ਆਏ ਹੋਏ ਹਾਂ। ਅੱਛਾ ਜੀ, ਤੇ ਹੁਣ 26 ਜਨਵਰੀ ਨੂੰ ਕੀ ਤਿਆਰੀਆਂ? ਹਾਂ, ਮਾਰੀ ਤਾਂ ਲਾਲ ਕਿਲੇ ਬਟੰਡਾ ਲੜਾਉਣ ਦੀ ਤਿਆਰੀ, ਤਦਮੰਦਨ ਸਿੰਘ ਜੀ। ਹਾਂ, ਜਾਨ ਜਾਏ ਪਰ ਵਤਨ ਨਾ ਜਾਏ। ਨਹੀਂ, ਉਹ ਤਾਂ ਬੋਲ ਰਹੇ ਨੇ ਕਿ ਨਾ ਕਿ ਜੋ ਰੋਡ ਮੈਪ ਦਿੱਤਾ ਜਾਏਗਾ ਉੱਥੇ ਹੀ ਜਾ ਕੇ ਪਰੇਡ ਕਰਨੀ ਹੈ। ਹਾਂ ਜੀ, ਪਰੇਡ ਕਰਾਂਗੇ, ਬਿਲਕੁਲ ਸਭ ਪੂਰੀ ਤਿਆਰੀ ਹੈ, ਪੂਰੀ ਤਿਆਰੀ, ਬਿਲਕੁਲ ਤਦਮੰਦਨ। ਹਾਂ ਜੀ, ਬਿਲਕੁਲ ਮਾਣ ਕੇ ਜੀ ਇਹ ਵੀ ਆ ਰਹੇ ਹਾਂ। ਅਸੀਂ ਇਹਨਾਂ ਗੱਲਾਂ ਨੇ ਲੈ ਕੇ ਇੱਥੇ ਪਹੁੰਚੇ ਹਾਂ ਕਿ ਸਾਡੇ ਵੱਡੇ ਜਿਹੜੇ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ, ਉਹਨਾਂ ਨੇ ਸ਼ਹੀਦੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ, ਸਭ ਕੁਝ ਕੀਤਾ ਕਿ ਅਸੀਂ ਵੀ ਉਹਨਾਂ ਦੇ ਬੱਚੇ ਹਾਂ, ਹਾਰ ਮੰਨਣ ਵਾਲੇ ਅਸੀਂ ਵੀ ਨਹੀਂ ਹੈਗੇ। ਇਹਨਾਂ ਨੂੰ ਇਹ ਚਾਹੀਦਾ ਕਿ ਸਿੱਧੇ ਹੱਥੀ ਹੱਕ ਦੇ ਦੇਣ ਕਿਸਾਨਾਂ ਦੇ, ਅਤੇ ਵਧੀਆ ਗੱਲ ਏ, ਨਾ ਹੀ ਲੜਨਾ ਪਏ। ਜੇ ਵੇਖੋ ਕਿਸਾਨ ਇੱਥੇ ਆਣ ਕੇ ਮੋਰਚੇ ਗੱਡ ਸਕਦੇ ਨੇ ਤੇ ਸਭ ਕੁਝ ਇਹ ਕਰ ਸਕਦੇ ਨੇ, ਇਹ ਪਿੱਛੇ ਨਹੀਂ ਹਟਣ ਵਾਲੇ ਜਿੰਨਾ ਚਿਰ ਹੱਕ ਨਾ ਲੈਣਗੇ ਆਪਣਾ। ਦਿੱਲੀ ਸਾਡੇ ਗੁਰੂਆਂ ਦੇ ਸਿਰ ਤੇ ਹੀ ਵਸੀ ਹੋਈ ਹੈ, ਉਹਨਾਂ ਨੇ ਹੀ ਸ਼ਹਾਦਤ ਦੇ ਦਿੱਲੀ ਨੂੰ ਵਸਾਇਆ, ਜੇ ਉਹ ਵਸਾ ਸਕਦੇ ਨੇ ਨਾ ਤਾਂ ਉਹ ਉਜਾੜਨਾ ਵੀ ਜਾਣਦੇ ਨੇ, ਫਿਰ ਪਰਮਾਤਮਾ ਦੇ ਹੱਥ ਸਭ ਕੁਝ ਹੈਗਾ। ਜੇ ਹੰਕਾਰਿਆ ਫਿਰਦਾ ਨਾ ਮੋਦੀ ਤਾਂ ਮੋਦੀ ਨੂੰ ਲਾਉਣਾ ਵੀ ਜਾਣਦੇ ਨੇ ਫਿਰ।
ਸਾਰਾ ਕੁਝ ਹੋ ਜਾਊਗਾ। ਇਹ ਅਜੀਵੇਂ ਆ ਥੋੜੀ ਸਾਜ਼ਿਸ਼ਾਂ ਜੀ ਰਚੀਆਂ ਨੇ, ਕਦੀ ਕੋਈ ਬੰਦਾ ਫੜਾ ਦਿੰਦੇ ਨੇ ਜੀ ਵੀ ਇਹ ਸਾਜ਼ਿਸ਼ ਸੀ, ਤੇ ਇੱਕ ਤਰੀਕੇ ਨਾਲ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਜਿਹੜੇ ਲੋਕੀ ਘਰਾਂ 'ਚ ਬੈਠੇ ਉਹਨਾਂ ਨੂੰ ਨਿਊਜ਼ ਮਿਲੇ, ਖਬਰਾਂ ਮਿਲਣ, ਤਾਂ ਡਰਦੇ ਮਾਰੇ ਘਰੋਂ ਨਾ ਆਣ। ਤੁਹਾਨੂੰ ਧਿਆਨ ਲੱਗਿਆ ਡਰ ਤਾਂ ਨਹੀਂ? ਇਹ ਦੁਨੀਆ ਨੂੰ ਭੜਕਾਇਆ ਜਾ ਰਿਹਾ, ਡਰਨ ਵਾਲੀ ਕੋਈ ਗੱਲ ਨਹੀਂ। ਇੱਥੇ ਸਾਰੇ ਆਪਣੇ ਵੀਰ ਭਰਾ ਨੇ, ਕੋਈ ਕਿਸੇ ਨੂੰ ਖਤਰਾ ਨਹੀਂ, ਕੋਈ ਡਰ ਨਹੀਂ ਹੈਗਾ। ਇਹ ਸਿਰਫ ਇੱਕ ਦੁਨੀਆ ਨੂੰ ਜ਼ਰੀਆ ਬਣਾਇਆ ਕਿ ਕਿਸੇ ਤਰ੍ਹਾਂ ਭੜਕਾ ਕੇ, ਡਰਾ ਕੇ ਇਹਨਾਂ ਨੂੰ ਇੱਥੋਂ ਮੋੜਿਆ ਜਾਏ। ਪਰ ਜੇ ਮੋਦੀ ਇਹ ਸੋਚ ਕੇ ਬੈਠਾ, ਇੱਦਾਂ ਦਾ ਕੁਛ ਨਹੀਂ ਹੋਊਗਾ, ਇੱਥੋਂ ਫਤਿਹ ਕਰਕੇ ਹੀ ਜਾਵਾਂਗੇ। ਜੀ 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 ਬਿਲਕੁਲ। ਸੋ ਫਤਿਹ ਇੱਥੋਂ ਲੈ ਕੇ ਹੀ ਆਪਾਂ ਵਾਪਸ ਮੁੜਨਾ, ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਇੱਥੋਂ ਮੁੜਨਾ। ਇਹੀ ਜਜ਼ਬਾ ਇੱਥੇ ਸਾਰੇ ਜਿੰਨੇ ਲੋਕ ਪਹੁੰਚੇ ਹੋਏ ਨੇ, ਕਈ ਬਜ਼ੁਰਗ ਮਹਿਲਾਵਾਂ ਬੱਚੇ ਸਾਰੇ ਜੋ ਹੈ ਇੱਥੇ ਪਹੁੰਚੇ ਨੇ, ਅਤੇ ਹਰ ਕੋਈ ਆਪਣੇ ਆਪਣੇ ਤੌਰ 'ਤੇ ਜੋ ਆਪਣਾ ਯੋਗਦਾਨ ਦੇ ਰਿਹਾ, ਅਤੇ ਬਹੁਤ ਵਧੀਆ। ਇਸੇ ਤਰੀਕੇ ਨਾਲ ਅਸੀਂ ਜੋ ਹੈ ਸਾਰੀਆਂ ਲਾਈਵ ਤਸਵੀਰਾਂ ਜੋ ਹੈ ਤੁਹਾਡੇ ਨਾਲ ਸਾਂਝੀਆਂ ਵੀ ਕਰਦੇ ਰਹਾਂਗੇ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਤੁਸੀਂ? ਮੈਂ ਰੋਪੜੋਂ ਆਇਆ ਜੀ। ਕਦੋਂ ਆਏ ਤੁਸੀਂ? ਅਸੀਂ ਪਰਸੋਂ ਚੌਥ ਜਾਏ। ਅੱਛਾ ਜੀ, ਕੀ ਕਹਿਣਾ ਚਾਹੋਗੇ 26 ਜਨਵਰੀ ਨੂੰ ਲੈ ਕੇ? ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਸੀਂ ਹੁਣ ਦੇਖ ਰਹੇ ਹੋ? ਪੂਰੀਆਂ ਤਿਆਰੀਆਂ ਕਰੇ, ਜਦ ਮਰਜ਼ੀ ਕਰ ਲਵੇ, ਜੋ ਮਰਜ਼ੀ ਕਰ ਲਵੇ, ਜਾਊਂਗੇ ਲੈ ਕੇ। ਬਿਲਕੁਲ। ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਨੌਜਵਾਨਾਂ ਦਾ ਸਾਡੇ ਭਾਈ ਆ ਜੀ, ਬੱਚੇ ਆ, ਸਾਰੇ ਆਪਣੀ ਹਲੇਮੀ ਨਾਲ ਬੈਠੇ, ਕੁਛ ਨਹੀਂ ਕਹਿੰਦੇ, ਕਿਸੇ ਨੂੰ ਭੜਕਾਊ ਨਹੀਂ ਕਰਦੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਆਪਣੀ ਆਰਾਮ ਨਾਲ ਬੈਠੇ, ਲੰਗਰ ਛਕਦੇ, ਰੱਬ ਦੀ ਕਿਰਪਾ ਨਾਲ ਲੰਗਰ ਲੱਗੇ ਹੋਏ, ਸਭ ਕੁਛ ਆ ਜੀ। ਬਿਲਕੁਲ। ਸੋ ਵਾਕਈ ਜੋ ਇਸ ਸਮੇਂ ਇਹ ਵੀ ਬਹੁਤ ਅੱਛੀ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜੋ ਪੰਜਾਬ ਦਾ ਨੌਜਵਾਨ ਹੈ, ਬੜੀ ਸੂਝ-ਬੂਝ ਦੇ ਨਾਲ ਹੀ ਅੱਗੇ ਵੱਧ ਰਿਹਾ, ਕਿਉਂਕਿ ਅਸੀਂ ਦੱਸ ਦਈਏ ਕਿ ਪੂਰੇ ਦੇਸ਼ ਭਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਡੀਆ ਜੋ ਹੈ ਖਾਸ ਤੌਰ 'ਤੇ 26 ਜਨਵਰੀ ਦੀ ਕਵਰੇਜ ਲਈ ਇੱਥੇ ਪਹੁੰਚਿਆ ਹੋਇਆ ਹੈ, ਕਿਉਂਕਿ ਇਸ ਲਈ ਇਹ ਜੋ ਤਸਵੀਰ ਹੁਣ ਬਣੇਗੀ 2 ਦਿਨਾਂ ਵਿੱਚ ਪੂਰੇ ਵਿਸ਼ਵ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਾਏਗੀ, ਅਤੇ ਪੰਜਾਬੀ ਦਾ ਪਹਿਲਾਂ ਤੋਂ ਹੀ ਆਪਣੀ ਅਲੱਗ ਪਹਿਚਾਣ ਦੇ ਲਈ ਮਸ਼ਹੂਰ ਨੇ, ਅਤੇ ਇਹ ਜੋ ਪੰਜਾਬ ਅਤੇ ਹਰਿਆਣਾ ਦੀ ਸਾਂਝ ਇੱਕ ਬਣੀ ਹੈ, ਇਹ ਵੀ ਬਹੁਤ ਹੁਣ ਦੁਨੀਆ ਦੇ ਵਿੱਚ ਇੱਕ ਆਪਣੀ ਇੱਕ ਅਲੱਗ ਮਿਸਾਲ ਬਣਾ ਰਹੀ ਹੈ, ਅਤੇ ਨਾਲ ਦੀ ਨਾਲ 25 ਅਤੇ 26 ਹੁਣ 26 ਜਨਵਰੀ ਨੂੰ ਜੋ ਕਿਸਾਨ ਪਰੇਡ ਹੋਏਗੀ, ਉਹ ਵੀ ਜੋ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਨਵਾਂ ਇਤਿਹਾਸ ਰਚਣ ਵਾਲੀ ਹੈ। ਇਹ ਅੰਦੋਲਨ ਨੇ ਤਾਂ ਬਹੁਤ ਸਾਰੇ ਇਤਿਹਾਸ ਰਚ ਹੀ ਦਿੱਤੇ ਨੇ, ਪਰ ਨਾਲ ਦੀ ਨਾਲ ਹੁਣ 26 ਜਨਵਰੀ ਦੀ ਜੋ ਪਰੇਡ ਹੈ ਉਹ ਵੀ ਇੱਕ ਅਲੱਗ ਵਿਲੱਖਣ ਇਤਿਹਾਸ ਰਚ ਕੇ ਹੀ ਜਾਏਗੀ, ਅਤੇ ਬੜੇ ਸ਼ਾਂਤਮਈ ਢੰਗ ਨਾਲ ਜਿਵੇਂ ਅੰਦੋਲਨ ਹੋ ਰਿਹਾ, ਉਵੇਂ ਹੀ ਬੜੇ ਸ਼ਾਂਤਮਈ ਢੰਗ ਦੇ ਨਾਲ ਇਹ 26 ਜਨਵਰੀ ਦੀ ਜੋ ਪਰੇਡ ਹੈ ਔਰਗਨਾਈਜ਼ ਕੀਤੀ ਗਈ ਹੈ, ਅਤੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਵਿੱਚ ਵੀ ਪੂਰਾ ਜੋਸ਼ ਅਤੇ ਹੋਸ਼, ਪੂਰਾ ਬੈਲੈਂਸ ਹੋ ਕੇ ਉਹ ਚੱਲ ਰਹੇ ਨੇ, ਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ, ਕੇਂਦਰ ਸਰਕਾਰ ਜਿੰਨਾ ਮਰਜ਼ੀ ਚਾਹੇ ਕਿ ਇਹਨਾਂ ਨੂੰ ਭੜਕਾਇਆ ਜਾਏ ਜਾਂ ਇਹਨਾਂ ਨੂੰ ਜਾਣ ਕੇ ਗੁੱਸਾ ਦਿਲਾਇਆ ਜਾਏ, ਔਰ ਇਹਨਾਂ ਨੂੰ ਪਤਾ ਕਿ ਅਸੀਂ ਉਹਨਾਂ ਗੱਲਾਂ ਵਿੱਚ ਨਹੀਂ ਆਉਣਾ, ਔਰ ਅਸੀਂ ਬੜੇ ਸਬਰ ਦੇ ਨਾਲ ਚੱਲਣਾ, ਆਪਣੇ ਸਹੀ ਤਰੀਕੇ ਨਾਲ ਸਹੀ ਫੈਸਲੇ, ਆਪਣੇ ਜੋ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਫੈਸਲਿਆਂ ਦੇ ਨਾਲ ਹੀ ਰਲ ਕੇ ਅੱਗੇ ਵਧਣਾ ਹੈ, ਅਤੇ ਤੁਸੀਂ ਬਣੇ ਰਹੋ ਜੀ ਨਿਰਪੱਖ ਪੋਜ਼ ਦੇ ਨਾਲ, ਇੱਥੋਂ ਦੀ ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੀ, ਅਤੇ ਹਰ ਖਬਰ ਦੀ ਨਿਰਪੱਖ ਆਵਾਜ਼, ਨਿਰਪੱਖ ਪੋਸਟ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।